ਤੁਸੀਂ ਸ਼ਿੰਗਾਰ ਕਰ ਰਹੇ ਹੋ, ਪਹਿਲਾਂ ਤਾਂ ਇਹ ਦੱਸੋ ਸ਼ਿਵਲਿੰਗ ਦਾ ਸ਼ਿੰਗਾਰ ਇੱਕ ਦਿਨ ਦੇ ਵਿੱਚ ਕਿੰਨੀ ਟਾਈਮ ਕੀਤਾ ਜਾਂਦਾ ਤੇ ਕਿਸ ਤਰੀਕੇ ਨਾਲ? ਦੇਖੋ ਪਹਿਲੇ ਮੈਂ ਤੁਹਾਨੂੰ ਦੱਸਣਾ, ਸ਼ਿੰਗਾਰ ਤੁਸੀਂ ਪੁੱਛੇ ਸ਼ਿੰਗਾਰ ਕਰ ਰਹੇ, ਮੈਂ ਸ਼ਿੰਗਾਰ ਨਹੀਂ ਕਰ ਰਿਹਾ, ਇਹ ਮਹਾਕਾਲ ਜੀ ਆਪ ਹੀ ਵਿਰਾਜਮਾਨ ਹੁੰਦੇ ਆ, ਆਪ ਹੀ ਕਰਾਉਂਦੇ ਆ, ਇਹ ਸ਼ਿੰਗਾਰ ਨਹੀਂ ਹੈ, ਮਹਾਕਾਲ ਵਿਰਾਜਮਾਨ ਹੋ ਰਹੇ ਆ। ਪਹਿਲੇ ਵੀ ਪ੍ਰਭੂ ਕਰਾਉਂਦਾ ਸੀ, ਹੁਣ ਵੀ ਪ੍ਰਭੂ ਕਰਾ ਰਿਹਾ, ਔਰ ਸਿਰਫ ਸੋਮਵਾਰ ਨੂੰ ਹੁੰਦਾ, 1 ਵਜੇ ਤੋਂ ਲੈ ਕੇ 5 ਵਜੇ ਤੱਕ। ਬਾਬੇ ਨੇ ਸੇਵਾ ਬਖਸ਼ੀ ਹੋਈ ਹੈ ਕਈ ਸਾਲਾਂ ਤੋਂ, ਅਤੇ ਉਹਦੇ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੂਗੀ ਜਦ ਤੱਕ ਪ੍ਰਭੂ ਦੀ ਇੱਛਾ ਹੋਊਗੀ। ਕਿੰਨੇ ਸਾਲਾਂ ਤੋਂ ਤੁਸੀਂ ਇਹ ਸ਼ਿੰਗਾਰ ਜਿਹੜਾ ਕਰ ਰਹੇ ਹੋ? ਸ਼ਿੰਗਾਰ ਪਿਛਲੇ 10 ਸਾਲਾਂ ਤੋਂ ਹੋ ਰਿਹਾ ਹੈ, ਅਤੇ ਜਿਹੜੀ ਆਪਾਂ ਜਗ੍ਹਾ ਬੈਠੇ ਹਾਂ ਇਹ ਸ਼ਮਸ਼ਾਨ ਘਾਟ, ਇੱਥੇ ਪਿਛਲੇ 7 ਸਾਲਾਂ ਤੋਂ ਸ਼ਿੰਗਾਰ ਦੀ ਸੇਵਾ ਲੱਗੀ ਹੈ। ਤੁਸੀਂ ਜਿਹੜੇ ਸੇਵਾ ਕਰ ਰਹੇ ਹੋ ਇਹ ਮਤਲਬ ਕਿ ਅਸੀਂ ਲਾਲਚ ਦੇ ਵਿੱਚ ਕਰ ਰਹੇ ਹੋ ਜਾਂ ਫਿਰ ਆਪਣੇ ਆਪ ਹੀ ਮਨ ਦੇ ਵਿੱਚ ਛੱਡਦਾ ਹੈ? ਉਹ ਜਿਹੜੀ ਸੇਵਾ ਹੁੰਦੀ ਹੈ ਉਹ ਕਹਿੰਦਾ ਮਤਲਬ ਸੇਵਾ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ, ਜੇ ਤੁਸੀਂ ਲਾਲਚ ਕਰੋਗੇ ਤਾਂ ਉਹ ਕਦੀ ਸੇਵਾ ਕਦੀ ਸਫਲ ਨਹੀਂ ਹੁੰਦੀ। ਹੁਣ ਦੇਖੋ ਨਿਰਸ ਕਹਿੰਦਾ ਨਿਰਸ ਭਾਵ, ਠੀਕ ਹੈ, ਹੁਣ ਜਿਹੜੀ ਇਹ ਤਾਂ ਸਿਰਫ ਆਪਣਾ ਤੁਹਾਡੀ ਭਾਵਨਾ ਕਿਸ ਹਿਸਾਬ ਦੀ ਆ, ਉਸ ਹਿਸਾਬ ਨਾਲ ਬਾਬਾ ਕਹਿੰਦਾ ਭਾਵ ਦੇਖਦਾ ਤੁਹਾਡੇ ਕਿਸ ਹਿਸਾਬ ਦੇ ਭਾਵਨਾ ਹੈ, ਉਸ ਹਿਸਾਬ ਨਾਲ ਪ੍ਰਭੂ ਆਉਂਦਾ। ਅੱਜ ਦੇਖੋ ਪ੍ਰਭੂ ਨੇ ਆਪਣੇ ਚਰਨਾਂ 'ਚ ਬਿਠਾਇਆ, ਚਰਨਾਂ 'ਚ ਕੌਣ ਬਹਿ ਸਕਦਾ? ਨੰਦੀ, ਅਤੇ ਬਾਬੇ ਨੇ ਨਾਮ ਕੀ ਪਾਇਆ? ਨੰਦੀ, ਕਿ ਸ਼ਿਵਲਿੰਗ 'ਤੇ ਉਹ ਬਹਿਣਾ ਹੈ ਔਰ 5 ਘੰਟੇ ਲਾਉਣੇ ਆ, ਅਤੇ ਮੈਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਰਿਹਾ, ਪ੍ਰਭੂ ਕਰਾ ਰਿਹਾ। ਦ ਸਿਟੀ ਹੈਡਲਾਈਨਸ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਪ੍ਰਾਚੀਨ ਸ਼ਿਵ ਮੰਦਿਰ ਸ਼ਮਸ਼ਾਨ ਘਾਟ ਦੇ ਵਿੱਚ, ਜਿੱਥੇ ਕਿ ਮਹਾਕਾਲ ਜੀ ਦਾ ਜਿਹੜਾ ਸ਼ਿਵਲਿੰਗ ਦਾ ਸ਼ਿੰਗਾਰ ਹੋ ਰਿਹਾ, ਅਤੇ ਅਸੀਂ ਦਿਖਾਵਾਂਗੇ ਸ਼ਿੰਗਾਰ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ, ਕਿਵੇਂ ਕਿਵੇਂ ਕੀਤਾ ਜਾਂਦਾ ਹੈ। ਨੰਦੀ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਸ਼ਿੰਗਾਰ ਕਰ ਰਹੇ ਨੇ, ਤਾਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ। ਜੈ ਸ਼੍ਰੀ ਮਹਾਕਾਲ ਜੀ। ਹਰ ਹਰ ਮਹਾਦੇਵ। ਵਾਹ, ਬਹੁਤ ਵਧੀਆ, ਸ਼ੁਕਰ ਹੈ ਮਹਾਕਾਲ ਦਾ। ਸੋ ਤੁਸੀਂ ਸ਼ਿੰਗਾਰ ਕਰ ਰਹੇ ਹੋ, ਪਹਿਲਾਂ ਤਾਂ ਇਹ ਦੱਸੋ ਸ਼ਿਵਲਿੰਗ ਦਾ ਸ਼ਿੰਗਾਰ ਇੱਕ ਦਿਨ ਦੇ ਵਿੱਚ ਕਿੰਨੀ ਟਾਈਮ ਕੀਤਾ ਜਾਂਦਾ ਤੇ ਕਿਸ ਤਰੀਕੇ ਨਾਲ? ਦੇਖੋ ਪਹਿਲੇ ਮੈਂ ਤੁਹਾਨੂੰ ਦੱਸਣਾ, ਸ਼ਿੰਗਾਰ ਤੁਸੀਂ ਪੁੱਛੇ ਸ਼ਿੰਗਾਰ ਕਰ ਰਹੇ, ਮੈਂ ਸ਼ਿੰਗਾਰ ਨਹੀਂ ਕਰ ਰਿਹਾ, ਇਹ ਮਹਾਕਾਲ ਜੀ ਆਪ ਹੀ ਵਿਰਾਜਮਾਨ ਹੁੰਦੇ ਆ, ਆਪ ਹੀ ਕਰਾਉਂਦੇ ਆ, ਇਹ ਸ਼ਿੰਗਾਰ ਨਹੀਂ ਹੈ, ਮਹਾਕਾਲ ਵਿਰਾਜਮਾਨ ਹੋ ਰਹੇ ਆ, ਔਰ ਪ੍ਰਭੂ ਆਪ ਹੀ ਇਹ ਹੱਥ ਮੇਰੇ ਨਹੀਂ, ਪ੍ਰਭੂ ਦੇ ਹੈ। ਪਹਿਲੇ ਵੀ ਪ੍ਰਭੂ ਕਰਾਉਂਦਾ ਸੀ, ਹੁਣ ਵੀ ਪ੍ਰਭੂ ਕਰਾ ਰਿਹਾ, ਔਰ ਸਿਰਫ ਸੋਮਵਾਰ ਨੂੰ ਹੁੰਦਾ, 1 ਵਜੇ ਤੋਂ ਲੈ ਕੇ 5 ਵਜੇ ਤੱਕ। ਬਾਬੇ ਨੇ ਸੇਵਾ ਬਖਸ਼ੀ ਹੋਈ ਹੈ ਕਈ ਸਾਲਾਂ ਤੋਂ, ਅਤੇ ਉਹਦੇ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੂਗੀ ਜਦ ਤੱਕ ਪ੍ਰਭੂ ਦੀ ਇੱਛਾ ਹੋਊਗੀ। ਕਿੰਨਾ ਟਾਈਮ ਲੱਗਦਾ? ਅੱਛਾ, ਇਹ 4-5 ਘੰਟੇ ਲੱਗ ਜਾਂਦੇ ਆ ਪ੍ਰਭੂ ਦੀ ਸੇਵਾ 'ਚ। 4-5 ਘੰਟੇ? ਹਾਂਜੀ ਹਾਂਜੀ ਹਾਂਜੀ। ਨੰਦੀ ਜੀ, ਕਿਸ ਕਿਸ ਤਰੀਕੇ ਦਾ ਜਿਹੜਾ ਸ਼ਿੰਗਾਰ ਕੀਤਾ ਜਾਂਦਾ? ਜਿਹੜਾ ਸ਼ਿੰਗਾਰ ਹੈਗਾ ਹੈ ਮਹਾਕਾਲ ਜੀ ਦਾ, ਇਹ ਸ਼ਿੰਗਾਰ ਮਹਾਕਾਲ ਜੀ ਆਪਣੇ ਆਪ ਹੀ ਆਪਣੇ ਰੂਪਾਂ 'ਚ ਆਉਂਦੇ ਆ, ਇਹ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਬਾਬਾ ਕਿਸ ਰੂਪ 'ਚ ਆ ਰਿਹਾ। ਪਹਿਲਾਂ ਦੱਸਣਾ ਚਾਹੁੰਦਾ, ਇਹ ਜਿਹੜਾ ਸ਼ਿੰਗਾਰ ਨਹੀਂ ਹੈ, ਮਹਾਕਾਲ ਵਿਰਾਜਮਾਨ ਹੋ ਰਹੇ ਆ, ਔਰ ਮਹਾਕਾਲ ਜੀ ਕਿਸ ਰੂਪਾਂ 'ਚ ਆਉਣਾ ਹੈ, ਕਿਉਂਕਿ ਮਹਾਕਾਲ ਜੀ ਦੇ ਅਨੇਕੋ ਹੀ ਰੂਪ ਹੈ, ਸ਼ਿਵ ਦੇ ਅਨੇਕੋ ਹੀ ਰੂਪ ਹੈ, ਕਿਉਂਕਿ ਬਾਬਾ ਜੀ ਹਰ ਦਿਨ ਹਰ ਸੋਮਵਾਰ ਨੂੰ ਅਲੱਗ ਅਲੱਗ ਰੂਪਾਂ 'ਚ ਹੀ ਵਿਰਾਜਮਾਨ ਹੋਏ। ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਸ਼ਿੰਗਾਰ ਜਾਂ ਬਾਬਾ ਜੀ ਮਹਾਕਾਲ ਵਿਰਾਜਮਾਨ ਹੋ ਰਹੇ ਆ, ਔਰ ਆਪਣੀ ਮਰਜ਼ੀ ਨਾਲ ਆਪਣੇ ਰੂਪ ਦੇ ਵਿੱਚ ਹੀ ਆ ਰਿਹਾ, ਕਿਉਂਕਿ ਇਹ ਕਾਪੀਰਾਈਟ ਨਹੀਂ ਹੁੰਦਾ, ਇਹ ਜੋ ਵੀ ਹੈ ਬਾਬੇ ਦੀ ਮਰਜ਼ੀ ਨਾਲ ਹੀ ਹੁੰਦਾ, ਇਹ ਕੀ ਰੂਪ ਆਉਣਾ ਹੈ, ਕੀ ਕਿੱਦਾਂ ਆਉਣਾ, ਕਿਸੇ ਨੂੰ ਅੱਜ ਤੱਕ ਨਹੀਂ ਸਮਝ ਆਇਆ। ਕਿੰਨੇ ਸਾਲਾਂ ਤੋਂ ਤੁਸੀਂ ਇਹ ਸ਼ਿੰਗਾਰ ਜਿਹੜਾ ਕਰ ਰਹੇ ਹੋ? ਸ਼ਿੰਗਾਰ ਪਿਛਲੇ 10 ਸਾਲਾਂ ਤੋਂ ਹੋ ਰਿਹਾ ਹੈ, ਅਤੇ ਜਿਹੜੀ ਆਪਾਂ ਜਗ੍ਹਾ ਬੈਠੇ ਹਾਂ ਇਹ ਸ਼ਮਸ਼ਾਨ ਘਾਟ, ਇੱਥੇ ਪਿਛਲੇ 7 ਸਾਲਾਂ ਤੋਂ ਸ਼ਿੰਗਾਰ ਦੀ ਸੇਵਾ ਲੱਗੀ ਹੈ। ਸ਼ਿੰਗਾਰ ਦੀ ਸੇਵਾ? ਹਾਂਜੀ ਹਾਂਜੀ। ਤੁਸੀਂ ਜਿਹੜੇ ਸੇਵਾ ਕਰ ਰਹੇ ਹੋ ਇਹ ਮਤਲਬ ਕਿ ਅਸੀਂ ਲਾਲਚ ਦੇ ਵਿੱਚ ਕਰ ਰਹੇ ਹੋ ਜਾਂ ਫਿਰ ਆਪਣੇ ਆਪ ਹੀ ਮਨ ਦੇ ਵਿੱਚ ਛੱਡਦਾ ਹੈ? ਉਹ ਜਿਹੜੀ ਸੇਵਾ ਹੁੰਦੀ ਹੈ ਉਹ ਕਹਿੰਦਾ ਮਤਲਬ ਸੇਵਾ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ, ਜੇ ਤੁਸੀਂ ਲਾਲਚ ਕਰੋਗੇ ਤਾਂ ਉਹ ਕਦੀ ਸੇਵਾ ਕਦੀ ਸਫਲ ਨਹੀਂ ਹੁੰਦੀ। ਹੁਣ ਦੇਖੋ ਨਿਰਸ ਕਹਿੰਦਾ ਨਿਰਸ ਭਾਵ, ਠੀਕ ਹੈ, ਹੁਣ ਜਿਹੜੀ
ਇਹ ਤਾਂ ਸਿਰਫ ਆਪਦਾ ਤੁਹਾਡੀ ਭਾਵਨਾ ਕਿਸ ਹਿਸਾਬ ਦੀ ਆ, ਉਸ ਹਿਸਾਬ ਨਾਲ ਬਾਬਾ ਕਹਿੰਦਾ ਭਾਵ ਦੇਖਦਾ ਤੁਹਾਡੇ ਕਿਸ ਹਿਸਾਬ ਦੇ ਭਾਵਨਾ ਹੈ, ਉਸ ਹਿਸਾਬ ਨਾਲ ਪ੍ਰਭੂ ਆਉਂਦਾ। ਅੱਜ ਦੇਖੋ ਪ੍ਰਭੂ ਨੇ ਆਪਣੇ ਚਰਨਾਂ 'ਚ ਬਿਠਾਇਆ, ਚਰਨਾਂ 'ਚ ਕੌਣ ਬੈਠ ਸਕਦਾ? ਨੰਦੀ। ਅਤੇ ਬਾਬੇ ਨੇ ਨਾਮ ਕੀ ਪਾਇਆ? ਨੰਦੀ। ਕਿ ਸ਼ਿਵਲਿੰਗ 'ਤੇ ਉਹ ਬਹਿਣਾ ਹੈ ਔਰ 5 ਘੰਟੇ ਲਾਣੇ ਆ, ਅਤੇ ਮੈਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਰਿਹਾ, ਪ੍ਰਭੂ ਕਰਾ ਰਿਹਾ। ਔਰ ਦੇਖੋ ਪ੍ਰਭੂ ਨੇ ਮੈਨੂੰ ਇੱਕ ਰਾਧਾ ਸੁਆਮੀ ਫੈਮਿਲੀ 'ਚੋਂ ਕੱਢ ਕੇ ਅਤੇ ਆਪਣੇ ਚਰਨਾਂ 'ਚ ਲਾਇਆ, ਔਰ ਪ੍ਰਭੂ ਨੇ ਇਸ ਲਾਇਕ ਬਣਾਇਆ ਕਿ ਦੁਨੀਆਂ ਨੂੰ ਪ੍ਰੇਰਨਾ ਦੇ, ਪ੍ਰਭੂ ਆਪ ਦੇ ਰਿਹਾ। ਦੇਖੋ ਕਿ ਕੱਲ੍ਹ ਇਹ ਨਾਸਤਿਕ ਸੀ, ਅੱਜ ਆਸਤਿਕ, ਉਹ ਪ੍ਰਭੂ ਨੇ ਆਪਣੇ ਚਰਨਾਂ 'ਚ ਲਾ ਕੇ ਆਪਣੀ ਸੇਵਾ 'ਚ ਲਾਇਆ, ਔਰ ਸੇਵਾ ਦੇ ਨਾਲ ਨਾਲ ਸ਼ਿੰਗਾਰ ਦੀ ਸੇਵਾ ਤੋਂ ਇਲਾਵਾ ਬਾਬੇ ਨੇ ਧੂਣੇ ਦੀ ਸੇਵਾ ਬਖਸ਼ਤੀ। ਉਹ ਵੀ ਕਦੇ ਸੋਚਿਆ ਨਹੀਂ ਸੀ, ਉਹ ਵੀ ਭਲੇ ਦਾ ਕੰਮ। ਕਿਉਂ? ਜੋ ਮੇਰੇ 'ਚ ਕੋਈ ਲਾਲਚ ਹੋਵੇ, ਬਾਬਾ ਮੈਨੂੰ ਸੇਵਾ ਕਿਉਂ ਬਖਸ਼ੇ ਜੀ, ਸਮਝੇ? ਜਿਹੜਾ ਸ਼ਿੰਗਾਰ ਹੋ ਰਿਹਾ, ਮੈਂ ਸ਼ਿੰਗਾਰ ਦਾ ਕੋਈ ਪੈਸਾ ਨਹੀਂ ਲੈਂਦਾ। ਹੁਣ ਸ਼ਿੰਗਾਰ ਵੀ ਪ੍ਰਭੂ ਦੀ ਅੱਗੇ ਦੇ ਨਾਲ ਹੀ ਹੁੰਦਾ, ਪ੍ਰਭੂ ਆਪ ਹੀ ਕਰਦਾ, ਆਪ ਹੀ ਕਰਾਉਂਦਾ। ਕਿਉਂਕਿ ਮੈਂ ਤਾਂ ਕਦੀ ਕੀਤਾ ਨਹੀਂ ਆ, ਮੈਨੂੰ ਪਤਾ ਹੀ ਨਹੀਂ ਸੀ ਸ਼ਿੰਗਾਰ ਕੀ ਚੀਜ਼ ਹੈ ਜੀ। ਬਾਬੇ ਨੇ ਆਪ ਹੀ ਬੁਲਾਇਆ, ਆਪ ਹੀ ਸ਼ਿੰਗਾਰ ਕਰਾਇਆ, ਉਹ ਆਪ ਹੀ ਇੱਥੇ ਇਸ ਸ਼ਮਸ਼ਾਨ ਧਰਤੀ 'ਤੇ ਇੱਕ ਕਹਿੰਦਾ ਮਤਲਬ ਇੱਕ ਸੁਸਾਇਟੀ ਦਾ ਨਿਰਮਾਣ ਵੀ ਪ੍ਰਭੂ ਨੇ ਕਰਵਾਇਆ। ਉਸ ਸੁਸਾਇਟੀ ਦਾ ਨਾਮ ਹੈਗਾ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਔਰ ਸ਼੍ਰੀ ਮਹਾਕਾਲ ਸੇਵਾ ਸੁਸਾਇਟੀ, ਦੋਨੋਂ ਹੀ ਸੁਸਾਇਟੀ ਇੱਕੋ ਹੀ ਹੈ, ਔਰ ਪ੍ਰਭੂ ਨੇ ਇਹ ਆਪ ਹੀ ਬਣਾਈ ਹੈ। ਕਿਉਂਕਿ ਕਲਯੁੱਗ ਦੇ ਪ੍ਰਧਾਨ ਭੋਲੇਨਾਥ ਆਪ ਹੈਗੇ ਆ, ਅਤੇ ਔਰ ਸ੍ਰਿਸ਼ਟੀ ਜਿਹੜੀ ਧਰਤੀ ਹੈਗੀ ਹੈ, ਧਰਤੀ ਨੂੰ ਅਤੇ ਨੰਦੀ ਦੇ ਸਿੰਘਾਂ 'ਤੇ ਟਿੱਕੀ ਹੋਈ ਹੈ, ਟਿੱਕੀ ਹੋਈ ਨਹੀਂ ਟਿੱਕੀ ਜੀ। ਅਤੇ ਫਿਰ ਪ੍ਰਭੂ ਆਪ ਕਲਯੁੱਗ ਦਾ ਪ੍ਰਧਾਨ ਹੈ, ਅਤੇ ਪ੍ਰਧਾਨ ਜੀ ਦੀ ਆ ਸਾਰਾ ਕੁਝ, ਸੁਸਾਇਟੀ ਵੀ ਪ੍ਰਧਾਨ ਜੀ ਦੀ ਹੈ, ਔਰ ਪ੍ਰਧਾਨ ਜੀ ਦੇ ਕੋਲ ਹੀ ਅਸੀਂ ਬੈਠੇ ਹਾਂ, ਤੁਸੀਂ ਵੀ ਅਸੀਂ ਪ੍ਰਧਾਨ ਸ੍ਰਿਸ਼ਟੀ ਪ੍ਰਧਾਨ ਦੇ ਕੋਲ ਬੈਠੇ ਹਾਂ ਕਿ ਸ਼ਿਵ ਇੱਕ ਸ੍ਰਿਸ਼ਟੀ ਪ੍ਰਧਾਨ ਹੈ, ਕਿ ਸ੍ਰਿਸ਼ਟੀ ਚਲਾਉਣ ਵਾਲਾ ਪ੍ਰਭੂ ਆਪ ਹੀ ਬੈਠਾ ਹੈ। ਕਦੋਂ ਸ਼ੁਰੂਆਤ ਕੀਤੀ ਸੀ ਤੁਸੀਂ? 2013 'ਚ ਸ਼ੁਰੂਆਤ ਹੋਈ ਸੀ ਜੀ, ਅਤੇ 2013 ਤੋਂ ਲੈ ਕੇ ਅੱਜ 2023 ਹੋ ਗਏ, ਅਤੇ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਸਥਾਨ ਨਹੀਂ ਜਿੱਥੇ ਪ੍ਰਭੂ ਨੇ ਨਹੀਂ ਆਪਣਾ ਬੁਲਾਇਆ ਹੋਵੇ, ਉੱਥੇ ਨਹੀਂ ਸ਼ਿੰਗਾਰ ਕਰਾਇਆ ਹੋਵੇ, ਕੋਈ ਐਸੀ ਜਗ੍ਹਾ ਹੈ ਹੀ ਨਹੀਂ। ਬਾਬਾ ਉੱਥੇ ਬੁਲਾਉਂਦਾ ਹੈ ਜਿੱਥੇ ਕੋਈ ਕਹਿੰਦਾ ਮਤਲਬ ਬਹੁਤ ਪ੍ਰਾਚੀਨ, ਜਿੱਥੇ ਸਵੈਂਭੂ ਸ਼ੰਕਰ ਜੀ ਵਿਰਾਜਮਾਨ ਹੈ, ਜਿੱਦਾਂ ਕਹਿੰਦੇ ਹੈ ਇਹ ਪ੍ਰਗਟ ਹੋਏ, ਖੁਦ ਪ੍ਰਗਟ ਹੋਏ ਜੀ, ਕਾਫੀ ਪ੍ਰਾਚੀਨ ਸਾਲਾਂ ਤੋਂ ਪ੍ਰਾਚੀਨ ਜਗ੍ਹਾ ਹੈਗੀ ਹੈ। ਉੱਦਾਂ ਦਾ ਸਿਸਟਮ ਹੋਇਆ ਕਿ ਪ੍ਰਭੂ ਨੇ ਆਪਣੇ ਆਪ ਹੀ ਬੁਲਾਉਂਦਾ, ਆਪਣੇ ਆਪ ਹੀ ਸ਼ਿੰਗਾਰ ਕਰਾਉਂਦਾ। ਹੁਣ ਪਿੱਛੇ 2 ਸਾਲ ਪਹਿਲੇ ਲੋਕਡਾਊਨ ਦੇ ਵਿੱਚ ਪ੍ਰਭੂ ਨੇ ਮਨੀਮੇਜ ਬੁਲਾਇਆ ਜੀ, ਮਨੀਮੇਜ ਦੇ ਵਿੱਚ ਕਲਾਸ਼ ਪ੍ਰਭੂ ਦੇ, ਕਹਿੰਦੇ 5 ਕਲਾਸ਼ ਹੈ, 5 ਕਲਾਸ਼ਾਂ 'ਚੋਂ ਇੱਕ ਮਨੀਮੇਸ਼ ਕੀ ਕਲਾਸ਼ ਹੈ, ਜਿੱਥੇ ਮਨੀ ਰਸ਼ਨ ਹੁੰਦੇ ਆ, ਜਿਹੜੇ ਰਾਵਣ ਨੇ ਜਿਹੜੇ ਕਲਾਸ਼ ਚੱਕਣ ਦੀ ਜੇ ਚੱਕਿਆ ਸੀ ਕਲਾਸ਼, ਉਹੀ ਉਹ ਕਲਾਸ਼ ਹੈ ਜਿਹੜਾ ਕਹਿੰਦਾ ਮਨੀਮੇਸ਼ ਹੈ। ਉੱਥੇ ਪ੍ਰਭੂ ਨੇ, ਉੱਥੇ ਸ਼ਿਵਲਿੰਗ ਬਿਰਾਜਮਾਨ ਆ ਪ੍ਰਭੂ ਦੇ ਨੀਚੇ, ਅਤੇ ਪ੍ਰਭੂ ਨੇ ਉੱਥੇ ਵੀ ਆਪਣੇ ਸ਼ਿੰਗਾਰ ਦੀ ਸੇਵਾ ਬਖਸ਼ੀ ਜੀ। ਜਦੋਂ ਤੁਸੀਂ ਇਹ ਸੇਵਾ ਕਰ ਰਹੇ ਸੀ, ਸਭ ਤੋਂ ਪਹਿਲਾਂ ਮਨ ਦੇ ਵਿੱਚ ਕਿਹੜਾ ਵਿਚਾਰ ਆਇਆ ਕਿ ਤੁਸੀਂ ਇਹੀ ਸੇਵਾ ਜਿਹੜੀ ਹੈ ਕਰਨੀ? ਸੇਵਾ ਵਿਚਾਰਾਂ ਨਾਲ ਨਹੀਂ ਆਉਂਦੀ, ਸੇਵਾ ਭਾਵ ਦੇ ਨਾਲ ਆਉਂਦੀ ਹੈ। ਤੁਹਾਡੇ ਅੰਦਰ ਕਹਿਣਾ ਮਤਲਬ ਪਰਮਾਤਮਾ ਨੇ ਭਾਵ ਪਾਇਆ, ਤੁਹਾਨੂੰ ਬੁਲਾਇਆ। ਇਨਸਾਨ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦਾ। ਦੇਖੋ ਮੈਂ ਇੱਕ ਬਿਜ਼ਨਸਮੈਨ ਹਾਂ, ਠੀਕ ਹੈ, ਮੈਂ ਆਪਣੀ ਬਿਜ਼ਨਸ ਜਿਹੜਾ ਬਿਜ਼ਨਸ ਆਪਣੇ ਪਰਿਵਾਰ ਪਾਲਣ ਲਈ ਕਰ ਰਿਹਾ, ਠੀਕ ਹੈ ਜੀ। ਜਿਹੜੀ ਇਹ ਸੇਵਾ ਹੈਗੀ ਹੈ, ਇਹ ਸੇਵਾ ਪ੍ਰਭੂ ਦੇ ਚਰਨਾਂ 'ਚ, ਕਹਿੰਦੇ ਆਪਣੇ ਆਪ ਨੂੰ ਕਹਿੰਦੇ ਦੁਨੀਆ ਚੜ੍ਹਾਉਂਦੀ ਹੈ, ਬੇਲ ਪੱਤਰ ਜਲ ਚੜ੍ਹਾਉਂਦੀ ਹੈ, ਕੋਈ ਕੁਛ ਚੜ੍ਹਾਉਂਦੀ ਹੈ, ਕੋਈ ਕੁਛ ਚੜ੍ਹਾਉਂਦੀ ਹੈ ਆਪਣੀ ਸ਼ਰਧਾ ਦੇ ਅਨੁਸਾਰ। ਮਗਰ ਮੇਰੇ ਕੋਲ ਨਾ ਮੈਂ ਕੋਈ ਨਾ ਜਲ ਚੜ੍ਹਾਉਂਦਾ, ਨਾ ਕੋਈ ਬੇਲ ਪੱਤਰ ਚੜ੍ਹਾਉਂਦਾ, ਨਾ ਕੁਛ ਵੀ ਚੜ੍ਹਾਉਂਦਾ, ਮੈਂ ਪ੍ਰਭੂ ਨੂੰ ਆਪਣੇ ਆਪ ਨੂੰ ਅਰਪਿਤ ਕਰ ਦਿੱਤਾ ਹੈ। ਅਤੇ ਹੁਣ ਪ੍ਰਭੂ ਨੂੰ ਮਰਜ਼ੀ ਹੈ, ਪ੍ਰਭੂ ਮੇਰੇ ਤੋਂ ਜੋ ਮਰਜ਼ੀ ਸੇਵਾ ਲੈ ਸਕਦਾ, ਕਿਉਂ ਮੈਂ ਪ੍ਰਭੂ ਦਾ ਸਮਝੇ। ਜੋ ਆਪਾਂ ਪ੍ਰਭੂ ਨੂੰ ਆਪਣੇ ਆਪ ਨੂੰ ਨਿਰਭਰ ਕਰਤਾ, ਜੋ ਪ੍ਰਭੂ ਨੇ ਆਪਣੇ ਆਪ ਨੂੰ ਦੇ ਦਿੱਤਾ, ਅਤੇ ਹੁਣ ਪ੍ਰਭੂ ਜਾਣੇ ਪ੍ਰਭੂ ਮੇਰੇ ਤੋਂ ਕੀ ਕਰਾਉਣਾ ਚਾਹੁੰਦੇ ਹੈ। ਜਦਾ ਤੁਸੀਂ ਜੋ ਚੜ੍ਹਾਉਂਗੇ ਉਹ ਤੁਸੀਂ ਆਪਣੇ ਹੱਥੋਂ ਨਾ ਚੜ੍ਹਾਉਂਗੇ, ਜੇ ਤੁਸੀਂ ਆਪ ਹੀ ਚੜ੍ਹ ਗਏ ਹੋ, ਜੋ ਪ੍ਰਭੂ ਨੂੰ ਆਪ ਹੀ ਅਰਪਿਤ ਕਰਤਾ ਆਪਣੇ ਆਪ ਨੂੰ, ਅਤੇ ਹੁਣ ਉਹ ਪ੍ਰਭੂ ਜਾਣੂਗਾ ਕਿ ਤੁਹਾਡੇ ਤੋਂ ਕੀ ਕੰਮ ਲੈਣਾ, ਕੀ ਕਰਾਉਣਾ, ਤੁਹਾਨੂੰ ਕਿਸ ਕੰਮ 'ਚ ਲਾਉਣਾ, ਚੰਗੇ 'ਚ ਲਾਉਣਾ, ਮਾੜੇ 'ਚ ਲਾਉਣਾ। ਹੁਣ ਜੋ ਪ੍ਰਭੂ ਨੇ ਧੁਣੇ 'ਤੇ ਬਿਠਾਇਆ, ਜੋ ਮੈਂ ਪ੍ਰਭੂ ਨੂੰ ਆਪਣੇ ਆਪ ਨੂੰ ਅਰਪਿਤ ਕੀਤਾ ਹੋਇਆ, ਅਤੇ ਪ੍ਰਭੂ ਨੂੰ ਤਦ ਹੀ ਬਿਠਾਇਆ, ਤਾਂ ਕਹਿੰਦੇ ਚੁਣੂਗਾ ਤਾਂ ਆਪਣੇ 'ਚ ਵੀ ਜੇ ਆਪਣਾ ਕੋਈ ਹੋਊਗਾ। ਅੱਛਾ, ਕਿੰਨੀ ਕੁ ਖੁਸ਼ੀ ਹੁੰਦੀ ਹੈ ਇਹ ਸੇਵਾ ਕਰਕੇ? ਮੈਨੂੰ
ਮੈਂ ਤੁਹਾਨੂੰ ਜ਼ਾਹਿਰ ਨਹੀਂ ਕਰ ਸਕਦਾ ਕਿ ਪ੍ਰਭੂ ਨੇ ਮੇਰੇ 'ਤੇ ਜਿਹੜੀ ਕਿਰਪਾ ਕੀਤੀ ਹੈ। ਜੇ ਪ੍ਰਭੂ ਨੂੰ ਮੈਂ ਕਹਿਣਾ ਪ੍ਰਭੂ ਮੈਂ ਬੜਾ ਕਿਸਮਤ ਵਾਲਾ, ਮੈਂ ਪਤਾ ਨਹੀਂ ਕਿਹੜੇ ਪੁੰਨਿਆ ਕਰਮ ਕੀਤੇ ਹੋਣੇ ਜਿਹੜੇ ਤੁਸੀਂ ਮੈਨੂੰ ਆਪਣੇ ਚੰਨ 'ਚ ਲਾ ਲਿਆ ਔਰ ਦੁਨੀਆ ਦੇ ਭਲੇ 'ਚ ਮੈਨੂੰ ਬਿਠਾ ਲਿਆ। ਦੁਨੀਆ ਦਾ ਭਲਾ ਹੋ ਰਿਹਾ ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪ੍ਰਭੂ ਕੋਈ ਆ ਰਿਹਾ ਅਤੇ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਮੈਨੂੰ ਬਾਬਾ ਕਹੋ, ਮੈਨੂੰ ਕਹਿੰਦਾ ਮਤਲਬ ਕੋਈ ਪੰਡਿਤ ਕਹੋ ਜਾਂ ਕਹਿੰਦਾ ਜੋਤਿਸ਼ ਕਹੋ, ਕਿਉਂਕਿ ਮੈਂ ਨਾ ਜੋਤਿਸ਼ ਹਾਂ ਨਾ ਪੰਡਿਤ ਨਾ ਕੁਛ ਹੈ। ਇਹ ਸਿਰਫ ਮਹਾਂਕਾਲ ਬਾਬਾ ਦਾ ਨੰਦੀ ਆ, ਕੈਲਾਸ਼ਪੁਰੀ ਮਹਾਂਕਾਲ ਬਾਬਾ ਜੀ ਆ, ਉਹਨਾਂ ਦੇ ਹੀ ਕਹਿੰਦਾ ਉਹਨਾਂ ਦੇ ਹੀ ਆਦੇਸ਼ ਅਨੁਸਾਰ ਹੀ ਸਾਰਾ ਕੁਛ ਹੋ ਰਿਹਾ। ਅੱਛਾ ਨੰਦੀ ਜੀ, ਇੱਕ ਤੁਹਾਡੀ ਇੱਕ ਅਲੱਗ ਹੀ ਪਹਿਚਾਣ ਬਣ ਗਈ ਹੈ, ਤੁਹਾਡਾ ਕਿਰਦਾਰ ਇੱਕ ਅਲੱਗ ਹੀ ਹੋ ਗਿਆ, ਇਸ ਚੀਜ਼ ਨੂੰ ਦੇਖ ਕੇ ਤੁਸੀਂ ਕਿੱਦਾਂ ਦਾ ਫੀਲ ਕਰਦੇ? ਮੈਂ ਆਪਣਾ ਨੂੰ ਬਹੁਤ ਗਰਵ ਫੀਲ ਕਰਦਾ ਕਿ ਇਹਦਾ ਦੇਖੋ ਦੁਨੀਆ ਦੀ ਪਹਿਚਾਣ ਹੁੰਦੀ ਹੈ ਜਾਂ ਬਿਜ਼ਨਸ 'ਚ ਹੁੰਦੀ ਹੈ, ਰਾਜਨੀਤਿਕ 'ਚ ਹੁੰਦੀ ਹੈ ਜਾਂ ਕਿਸੇ ਦੀ ਕੁਛ ਹੁੰਦੀ ਹੈ, ਸਮਾਜ ਸੇਵਕ ਜਾਂ ਕੁਛ ਵੀ, ਮੈਨੂੰ ਭੋਲੇਨਾਥ ਦੇ ਨਾਮ ਤੋਂ ਹੀ ਦੁਨੀਆ ਜਾਣਦੀ ਹੈ, ਪੁਕਾਰਦੀ ਹੈ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪ੍ਰਭੂ ਇੱਦਾਂ ਹੀ ਪਹਿਚਾਣ ਬਣਾਈ ਰੱਖੀ, ਕਈ ਜਨਮਾਂ ਤੱਕ ਕਈ ਜਨਮਾਂ ਤੱਕ ਆਪਣਾ ਦਾਸ ਬਣਾਈ ਰੱਖੀ ਜੀ। ਕਹਿੰਦੇ ਜਨਮ ਹੋਵੇ ਨਾ ਹੋਵੇ ਤੇਰੇ ਚੰਨਾਂ 'ਚ ਰਵਾਂ, ਕਹਿੰਦੇ ਭਾਵੇਂ ਕਹਿੰਦੇ ਦੁਨੀਆ ਨੂੰ ਦਿਖਾ ਨਾ ਦਿਖਾ ਤੇਰੇ ਚੰਨਾਂ 'ਚ ਹਰ ਸਮੇਂ ਹੋਵਾਂ ਜੀ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਕਹਿਣਾ ਚਾਹੁੰਦਾ ਕਿ ਪਰਮਾਤਮਾ ਸਾਰਿਆਂ ਨੂੰ, ਜਿੰਨੇ ਵੀ ਭਗਤ ਸ਼ਿਵ ਭਗਤ ਹੈਗੇ ਕੋਈ ਵੀ ਹੈ, ਕਹਿੰਦੇ ਦੁਨੀਆ 'ਚ ਆਏ ਹੋ ਅਤੇ ਕੁਛ ਕਰਨ ਲਈ ਆਏ ਹੋ, ਤੁਹਾਡਾ ਮਕਸਦ ਹੈਗਾ ਕਿ ਪਰਮਾਤਮਾ ਦੇ ਹੀ ਕਾਰਿਆ ਕਰੋ ਔਰ ਸਭ ਦਾ ਭਲਾ ਕਰੋ, ਜੇ ਭਲਾ ਕਰਾਂਗੇ ਤੁਹਾਡਾ ਭਲਾ ਆਪਣੇ ਆਪ ਹੋਊਗਾ। ਆਪਾਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਪਰਮਾਤਮਾ ਤੁਹਾਡਾ ਆਟੋਮੈਟਿਕ ਭਲਾ ਕਰਦਾ ਹੈ। ਹਰ ਕਰਮ ਇਨਸਾਨ ਕਹਿੰਦਾ ਕਿਹੜਾ ਪਰਮਾਤਮਾ ਦੇਖਦਾ, ਆਪਾਂ ਕਰ ਰਹੇ ਹਾਂ ਕਿਸੇ ਨਾਲ ਨਜਾਇਜ਼ ਵੀ ਕਰਦੇ ਹਾਂ, ਆਪਾਂ ਕੁਛ ਕਰਦੇ ਹਾਂ ਆਪਾਂ ਕੁਛ ਵੀ ਨਜਾਇਜ਼ ਕਰਦੇ ਹਾਂ ਅਤੇ ਪਰਮਾਤਮਾ ਕਹਿੰਦੇ ਲੋਕ ਅੱਜ ਦੁਨੀਆ ਸੋਚ ਹੈਗੀ ਕਿਹੜਾ ਰੱਬ ਦੇਖਦਾ ਹੈ, ਕਿਹੜਾ ਉੱਥੇ CCTV ਲੱਗਿਆ, ਉਹ ਕਹਿੰਦੇ ਤੁਸੀਂ 4 CCTV ਲਾ ਕੇ ਦੇਖ ਸਕਦੇ ਹੋ, ਉਹ ਵੀ ਰਿਕਾਰਡਿੰਗ ਤਾਂ ਹੀ ਚੈੱਕ ਕਰੋ ਜੇ ਟਾਈਮ ਮਿਲੂਗਾ। ਉਹ ਪਰਮਾਤਮਾ ਦੀ ਔਨਲਾਈਨ ਰਿਕਾਰਡਿੰਗ ਹੈ, ਉਹ ਤਾਂ ਸਵਿੱਚ ਔਨ ਕਰਨ ਦੀ ਲੋੜ ਨਹੀਂ ਆਟੋਮੈਟਿਕ। ਉਹ ਤੁਸੀਂ ਤਾਂ ਕਹਿੰਦੇ ਜਦੋਂ ਖਾਤ ਬੰਦਾ ਇਨਸਾਨ ਧਰਤੀ ਤੋਂ ਜਾਂਦਾ ਹੈ ਉਹ ਆਟੋਮੈਟਿਕ ਉਹਦੇ ਖਾਤੇ ਅਪਡੇਟ ਹੋ ਜਾਂਦੇ ਆ, ਲਓ ਜੀ ਆ ਗਿਆ, ਫੜੋ ਇਹਨੂੰ, ਤਲੋ ਇਹਨੂੰ, ਇਹਨੇ ਇਹ ਕੀਤਾ ਸੀ, ਉਹ ਕਹਿੰਦਾ ਮੈਂ ਕੀਤਾ ਨਹੀਂ। ਜਿਹੜੇ ਕਰਮ ਕੀਤੇ ਤਾਂ ਭੋਗਣੇ ਹੀ ਪੈਣੇ ਆ, ਜੇ ਆਪਾਂ ਕਹਿੰਦੇ ਚੰਗਾ ਕਰਾਂਗੇ ਤਾਂ ਚੰਗੀ ਚੰਗੀ ਹੀ ਆਪਾਂ ਨੂੰ ਅੱਗੇ ਰਾਹ ਹੀ ਚੰਗੇ ਮਿਲਣੇ ਆ ਜੀ। ਜੇ ਆਪਾਂ ਕਹਿੰਦੇ ਸਭ ਦਾ ਚੰਗਾ ਕਰੋ, ਸਭ ਨੂੰ ਜਿੰਨੇ ਵੀ ਕਹਿੰਦੇ ਭਟਕੇ ਹੋਏ ਆ, ਕੋਈ ਨਸ਼ੇ ਵੱਲ ਭੱਜਿਆ, ਕੋਈ ਕੁਛ ਹੈ, ਉਹ ਕਹਿੰਦੇ ਨਸ਼ੇ ਵੱਲ ਛੱਡ ਕੇ ਪਰਮਾਤਮਾ ਵੱਲ ਭੱਜੋ। ਆਪਣੇ ਕਹਿਣ ਦਾ ਮਤਲਬ ਕੋਈ ਵੀ ਧਰਮ ਤੋਂ ਹੈ, ਕੋਈ ਵੀ ਸਭ ਤੋਂ ਪੁਰਾਣਾ ਧਰਮ ਹੈਗਾ ਸਨਾਤਨ ਜੀ। ਸਨਾਤਨ ਧਰਮ ਸਭ ਤੋਂ ਪੁਰਾਣਾ ਧਰਮ ਹੈਗਾ, ਮਾਨਵ ਧਰਮ, ਇਨਸਾਨੀਅਤ, ਸਭ ਤੋਂ ਇਨਸਾਨੀਅਤ ਧਰਮ ਹੈ, ਇਨਸਾਨੀਅਤ ਧਰਮ ਤੋਂ ਹੀ ਸਾਰੇ ਧਰਮ ਬਣੇ ਆ, ਸਮਝੇ? ਕੋਈ ਧਰਮ ਦਾ ਕੋਈ ਖੂਨ ਦਾ ਰੰਗ ਅਲੱਗ ਅਲੱਗ ਨਹੀਂ, ਕੋਈ ਹਰਾ ਪੀਲਾ ਨੀਲਾ ਨਹੀਂ ਹੈ, ਹਾਂ ਸਾਰੇ ਇੱਕੋ ਹੀ ਲਾਲ ਰੰਗ ਦੀ ਹੈ। ਅਤੇ ਇਸ ਕਰਕੇ ਕਹਿੰਦੇ ਹਾਂ ਧਰਮਾਂ ਦੇ ਵਿੱਚ ਨਾ ਆਓ, ਇਨਸਾਨੀਅਤ 'ਚ ਆਓ, ਸਭ ਦਾ ਭਲਾ ਸੋਚੋ। ਕਹਿੰਦੇ ਕੋਈ ਵੀ ਹੈ, ਕਹਿੰਦੇ ਪਸ਼ੂ ਹੈ, ਪਸ਼ੂ ਸਭ ਦੀ ਕਹਿੰਦਾ ਹੈਲਪ, ਸਭ ਦੀ ਹੈਲਪ ਕਰਨੀ ਚਾਹੀਦੀ ਹੈ, ਸਭ ਦਾ ਚੰਗਾ ਸੋਚੋ, ਸਭ ਵਧੀਆ ਕਰੋ, ਸਭ ਵਧੀਆ ਆਉਣਾ ਹੈ, ਪ੍ਰਭੂ ਨੇ ਸਭ ਵਧੀਆ ਕਰਨਾ ਹੈ। ਹਰ ਹਰ ਮਹਾਦੇਵ, ਜੈ ਸ਼੍ਰੀ ਰਾਮ। ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ, ਤੁਸੀਂ ਦੇਖ ਸਕਦੇ ਹੋ ਸ਼ਿੰਗਾਰ ਜਿਹੜਾ ਹੈ ਪੂਰਾ 4 ਘੰਟੇ ਤੱਕ ਕੀਤਾ ਜਾਂਦਾ, ਬਹੁਤ ਜ਼ਿਆਦਾ ਵਧੀਆ ਅਤੇ ਦਿਲੋਂ ਕੀਤਾ ਜਾਂਦਾ ਆ। ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ, ਜਿਹੜੇ ਇਹਨਾਂ ਦੀ ਸੋਚ ਆ, ਅਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਪ੍ਰਿੰਸ ਕੁਮਾਰ।